ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਹੋਰ ਮਜ਼ਬੂਤੀ ਲਈ ਮਾਝੇ ਦੀ ਲੀਡਰਸ਼ਿਪ ਇਕਜੁੱਟ ਹੋ ਕੇ ਕੰਮ ਕਰੇਗੀ। ਇਹ ਵਿਚਾਰ ਸਾਂਸਦ ਰਣਜੀਤ ਸਿੰਘ ਬ੍ਰਹਮਪੁਰਾ, ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ, ਸਾਬਕਾ ਸੰਸਦ ਰਤਨ ਸਿੰਘ ਅਜਨਾਲਾ, ਸਾਬਕਾ MLA ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਮਨਮੋਹਨ ਸਿੰਘ ਸਜਿਆਲਾ ਨੇ ਰਣਜੀਤ ਐਵਨਿਊ ਸਥਿਤ ਸਾਬਕਾ ਮੁੱਖ ਸੰਸਦੀ ਸਕੱਤਰ ਅਮਰਪਾਲ ਸਿੰਘ ਬੋਨੀ ਦੇ ਨਿਵਾਸ ਵਿਖੇ ਆਯੋਜਿਤ ਪ੍ਰੈਸ ਕਾਨਫਰੰਸ ਦੇ ਦੌਰਾਨ ਸਾਂਝੇ ਕੀਤੇ। ਆਖਿਆ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਚੜ੍ਹਦੀ ਕਲਾ ਲਈ ਪਾਰਟੀ ਅੰਦਰ ਕਮੀਆਂ ਨੂੰ ਦੂਰ ਕੀਤਾ ਜਾਵੇਗਾ। ਜੋ ਊਣਤਾਈਆਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸ਼੍ਰੋਮਣੀ ਅਕਾਲੀ ਦਲ, ਉਹਦੇ 'ਤੇ ਵਿਚਾਰ ਵਟਾਂਦਰਾ ਕੀਤਾ। ਇਸ ਵਿਚਾਰ ਵਟਾਂਦਰੇ ਤੋਂ ਬਾਅਦ ਅਸੀਂ ਆਪਣੀ ਹਾਈ ਕਮਾਂਡ 'ਚ, ਜਿਵੇਂ ਸਾਡੀ ਹਾਈ ਕਮਾਂਡ ਕੋਰ ਕਮੇਟੀ ਆ, ਉਹਦੇ ਵਿੱਚ ਅਸੀਂ ਇਹ ਸਾਰੇ ਮੁੱਦੇ ਜਿਹੜੇ ਉਠਾਵਾਂਗੇ। ਕੰਮ ਕਰਦਿਆਂ ਕਰਦਿਆਂ ਬਹੁਤ ਕੰਮ ਨੇਕ ਕਰੀ ਦੇ, ਚੰਗੇ ਕੰਮ ਕੀਤੇ ਆ ਹੋਣਗੇ, ਪਰ ਕਿਤੇ ਨਾ ਕਿਤੇ ਕੋਈ ਕਿਤੇ ਨਾ ਕਿਤੇ ਸਹਿਮਤ ਗਲਤੀ ਵੀ ਹੋ ਜਾਂਦੀ ਆ। ਮੈਂ ਇਹ ਨਹੀਂ ਕਹਿ ਸਕਦਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਕੋਈ ਪੰਥ ਦੀ ਸੇਵਾ ਨਹੀਂ ਕੀਤੀ, ਕੋਈ ਚੜ੍ਹਦੀ ਕਲਾ ਦੀ। ਅਸੀਂ ਸਮਝਦੇ ਹਾਂ ਬਹੁਤ ਵੱਡਾ ਸਾਡਾ ਉਹ ਭਰਾ ਵੱਡਾ ਲੀਡਰ ਸੀ ਅਕਾਲੀ ਦਲ ਵਾਸਤੇ, ਬਹੁਤ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਵਾ, ਉਹਨਾਂ ਨੇ ਅਸਤੀਫਾ ਦੇ ਦਿੱਤਾ, ਮਾੜੀ ਗੱਲ ਹੋਈ ਆ, ਉਹਨਾਂ ਨੂੰ ਮਿਲਾਂਗੇ, ਉਹਨਾਂ ਨੂੰ ਪੁੱਛਾਂਗੇ ਵੀ ਕੀ ਗੱਲ ਆ। ਅਸੀਂ ਜੋ ਵੀ ਅਕਾਲੀ ਦਲ ਦੀ ਬਿਹਤਰੀ ਲਈ ਹੋਊਗਾ ਉਹ ਕਰਾਂਗੇ ਆਖਰੀ ਦਮ ਤੱਕ, ਜਿਹਦੇ ਚਿਰ ਸਾਡੇ ਸਾਹ ਹੈਗਾ। ਵੇਖੋ ਕੋਈ ਵੀ ਪਰਿਵਾਰ ਆ, ਕੋਈ ਵੀ ਪਾਰਟੀ ਆ, ਥੋੜ੍ਹੀਆਂ ਬਹੁਤੀਆਂ ਕਮੀਆਂ ਤਾਂ ਹੋ ਹੀ ਜਾਂਦੀਆਂ। ਢੀਂਗ ਸਾਹਿਬ ਮੇਰਾ ਵੱਡਾ ਭਰਾ ਹੈ, 35-37 ਸਾਲ ਅਸੀਂ ਇਕੱਠੇ ਰਹੇ ਹਾਂ, ਅਤੇ ਮੈਂ ਇਹੋ ਹੀ ਆ ਬਈ ਉਹਦੇ ਮਨ 'ਚ ਕੋਈ ਗੱਲ ਆਈ ਹੋਣੀ ਆ ਤਾਂ ਉਹਨੇ ਅਸਤੀਫਾ ਦਿੱਤਾ, ਪਰ ਮਾੜੀ ਗੱਲ ਹੋਈ।